ਸ਼ਿਕਾਲ ਲੋਕਰਨ ਪੰਜਾਬੀ ਤੇ ਸਵਾਗਤ ਮੈਂ ਪਰਮਿੰਦਰ ਸਿੰਘ ਭੰਗੂ ਤੇ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਪਰਮਿੰਦਰ ਸਿੰਘ ਰਾਏ ਪਰ ਖਬਰਾਂ ਟੌਪ ਦੀਆਂ ਪ੍ਰੋਗਰਾਮ ਦੇ ਵਿੱਚ ਦਿਨ ਭਰ ਦੀਆਂ ਵੱਡੀਆਂ ਖਬਰਾਂ ਦੇ ਵਿੱਚ ਵਿਚਾਰ ਚਰਚਾ ਕਰਦੇ ਹਾਂ ਖਾਸ ਕਰਕੇ ਇੱਕ ਖਬਰ ਨਿਕਲ ਕੇ ਆ ਰਹੀ ਹੈ ਜੋ ਦੇਸ਼ ਦੇ ਅੰਨਦਾਤਾ ਦੇ ਨਾਲ ਸੰਬੰਧਿਤ ਹੈ ਬਿਹਾਰ ਤੋਂ ਉੱਥੇ ਕਿਸਾਨ ਆਪਣਾ ਪ੍ਰੋਟੈਸਟ ਕਰ ਰਹੇ ਸੀ ਪੁਲਿਸ ਵੱਲੋਂ ਕਿਸਾਨ ਕੁੱਟੇ ਗਏ ਪੂਰੇ ਮਾਮਲੇ ਤੇ ਗੱਲਬਾਤ ਕਰਾਂਗੇ ਅਗਰ ਕਿਉਂ ਇਹ ਨੌਬਤ ਆ ਗਈ ਦੇਸ਼ ਦੇ ਹਰ ਕੋਨੇ ਦੇ ਵਿੱਚ ਤਕਰੀਬਨ ਆਹ ਨੌਬਤ ਆ ਗਈ ਕਿ ਕਿਸਾਨ ਤੇ ਮਜ਼ਦੂਰ ਲਗਾਤਾਰ ਪ੍ਰਸ਼ਾਸਨ ਸਰਕਾਰਾਂ ਵੱਲੋਂ ਤਸ਼ੱਦਦ ਦਾ ਸ਼ਿਕਾਰ ਹੁੰਦੇ ਆ ਰਹੇ ਦੂਜੀ ਖਬਰ ਵੀ ਆਪਾਂ ਜਾਣਦੇ ਹਾਂ ਕਿ ਲਖੀਮਪੁਰ ਜਿਹੜੀ ਘਟਨਾ ਵਾਪਰੀ ਸੀ ਜਿਹਦੇ ਚ ਇੱਕ ਗ੍ਰਹਿ ਮੰਤਰੀ ਤੇ ਉਹਦਾ ਬੇਟਾ ਇਨਵੋਲਵ ਸੀ ਸੈਸ਼ਨ ਕੋਰਟ ਨੇ ਕਿਹਾ ਕਿ ਸਾਨੂੰ ਇਸ ਕੇਸ ਦੀ ਸੁਣਵਾਈ ਦੇ ਵਿੱਚ ਆਲਮੋਸਟ 5 ਸਾਲ ਦਾ ਸਮਾਂ ਲੱਗ ਸਕਦਾ ਤੀਜੀ ਖਬਰ ਹੈਗੀ ਹੈ ਉਹ ਹੈਗੀ ਭ੍ਰਿਸ਼ਟਾਚਾਰ ਦੇ ਨਾਲ ਸੰਬੰਧਿਤ ਲਗਾਤਾਰ ਪਿਛਲੇ ਦਿਨਾਂ ਤੋਂ ਦੇਸ਼ ਦੇ ਵਿੱਚ ਹੀ ਮਾਹੌਲ ਏਦਾਂ ਦਾ ਬਣਿਆ ਹੋਇਆ ਕਿ ਜਿਹੜੀਆਂ ਸਰਕਾਰਾਂ ਸੱਤਾ ਦੇ ਵਿੱਚ ਹੈਗੀਆਂ ਨੇ ਉਹ ਸੱਤਾ ਵਿੱਚ ਬੈਠੀਆਂ ਹਕੂਮਤਾਂ ਜ਼ੀਰੋ ਟੋਲਰੈਂਸ ਦਾ ਹਵਾਲਾ ਦੇ ਕੇ ਭ੍ਰਿਸ਼ਟਾਚਾਰ ਦੇ ਉੱਤੇ ਕਾਰਵਾਈ ਕਰਨ ਦੇ ਹਵਾਲਾ ਦੇ ਰਹੀਆਂ ਨੇ ਹੁਣ FCI ਜੋ ਇੱਕ ਵੱਡੀ ਸਰਕਾਰੀ ਗੈਸ ਏਜੰਸੀ ਹੈਗੀ ਹੈ ਉਹਦੇ ਦੇ ਉੱਤੇ CBI ਨੇ 50 ਥਾਵਾਂ ਤੋਂ ਵੱਧ ਦੇ ਉੱਤੇ ਛਾਪੇਮਾਰੀ ਕੀਤੀ ਹੈ ਤੇ ਉਹਦੇ ਤੇ ਵੀ ਗੱਲਬਾਤ ਕਰਾਂਗੇ ਪਰ ਸਭ ਤੋਂ ਪਹਿਲਾਂ ਪਰਮਿੰਦਰ ਜੀ ਇੱਕ ਅਹਿਮ ਖਬਰ ਹੈ ਕਿ ਬਿਹਾਰ ਦੇ ਵਿੱਚ ਪ੍ਰੋਟੈਸਟ ਕਰ ਰਹੇ ਸੀ ਕਿਸਾਨ ਤੇ ਉਸ ਤੋਂ ਬਾਅਦ ਘਰਾਂ ਦੇ ਵਿੱਚ ਰਾਤ ਨੂੰ ਪੁਲਿਸ ਵੱਲੋਂ ਵੜ ਕੇ ਕੁੱਟੇ ਗਏ ਬੜੀ ਮੰਦਭਾਗੀ ਘਟਨਾ ਖਬਰ ਆ ਰਹੀ ਹੈ ਕਿ ਰਾਤ ਜਿਹੜੀ ਬਿਹਾਰ ਦੇ ਵਿੱਚ ਪੁਲਿਸ ਨੇ ਅੰਨਦਾਤਾ ਜਿਹੜਾ ਹੈਗਾ ਕਹਿੰਦੇ ਆਪਾਂ ਕਿਸਾਨਾਂ ਦੇ ਘਰਾਂ ਦੇ ਵਿੱਚ ਵੜ ਕੇ ਉਹਨਾਂ ਨੂੰ ਕੁੱਟਿਆ ਮਾਰਿਆ ਪੂਰੀ ਤਰ੍ਹਾਂ ਡੰਡਿਆਂ ਨਾਲ ਕੁੱਟਿਆ ਰਾਤ ਨੂੰ ਅੱਧੀ ਰਾਤ ਨੂੰ ਉਹਨਾਂ ਦੇ ਘਰੇ ਵੜੇ ਆ ਤੇ ਦੂਜਾ ਹੈਗਾ ਕਿ ਵੱਡੀ ਗੱਲ ਇਹ ਵੀ ਹੈ ਕਿ ਪੁਲਿਸ ਵੱਲੋਂ ਨਾ ਸਿਰਫ ਅਣਮਨੁੱਖੀ ਤਸ਼ੱਦਦ ਕੀਤਾ ਗਿਆ ਬਲਕਿ ਜਿਹੜੀਆਂ ਘਰਾਂ ਦੇ ਵਿੱਚ ਔਰਤਾਂ ਬੀਬੀਆਂ ਸੀਗੀਆਂ ਉਹਨਾਂ ਨਾਲ ਵੀ ਬਦਸਲੂਕੀ ਕੀਤੀ ਗਈ ਹੈ ਇਹ ਬਿਹਾਰ ਦੇ ਦੱਸਦੀ ਆਪਾਂ ਇਹਨਾਂ ਨੂੰ ਦਰਸ਼ਕਾਂ ਨੂੰ ਵੀ ਵੈਸੇ ਤਾਂ ਪਤਾ ਹੀ ਹੈ ਸਭ ਨੂੰ ਛੋਟੀਆਂ ਛੋਟੀਆਂ ਗੱਲਾਂ ਕਿੱਥੇ ਕੀ ਹੋ ਰਿਹਾ ਅੱਜ ਕੱਲ੍ਹ ਸੋਸ਼ਲ ਮੀਡੀਆ 'ਤੇ ਪਤਾ ਹੀ ਹੁੰਦਾ ਪਰ ਇਹ ਬਕਸਰ ਜ਼ਿਲ੍ਹੇ ਦੀ ਘਟਨਾ ਹੈਗੀ ਹੈ ਤੇ ਬਾਰਨਪੁਰ ਪਿੰਡ ਹੈ ਕੋਈ ਉੱਥੇ ਦਾ ਉਹਨਾਂ ਦੇ ਪਿੰਡ ਦੇ ਵਿੱਚ ਰਾਤ ਨੂੰ ਸੁੱਤੇ ਪਏ ਕਿਸਾਨਾਂ ਦੇ ਘਰਾਂ ਦੇ ਦਰਵਾਜ਼ੇ ਖੜਕਾਏ ਗਏ ਉਹਨਾਂ ਦੇ ਘਰਾਂ ਦੇ ਵਿੱਚ ਦਰਵਾਜ਼ੇ ਖੜਕਾ ਕੇ ਜਦੋਂ ਅੰਦਰ ਉਹਨਾਂ ਨੇ ਦਰਵਾਜ਼ੇ ਖੋਲ੍ਹੇ ਅੰਦਰੋਂ ਤਾਂ ਅੰਨਾ ਤੋਂ ਡੰਡਿਆਂ ਨਾਲ ਅੰਨਾ ਤੋਂ ਜਿਹੜੀ ਕਟਾਈ ਕਰਤੀ ਸੀ ਉਹਨਾਂ ਨੇ ਤੇ ਐਂ ਕਹਿ ਸਕਦੇ ਹਾਂ ਕਿ ਡਾਂਗਾਂ ਚਲਾਈਆਂ ਅੰਨੇ ਵਾ ਚਲਾ ਤੀਆਂ ਬਸ ਜੋ ਆਇਆ ਅੱਗੇ ਉਹਨਾਂ ਨੇ ਪੁਲਿਸ ਨੇ ਰਗੜਤਾ ਗੱਲ ਉੱਥੇ ਕੀ ਹੈ ਪਾਵਰ ਥਰਮਲ ਕੋਈ ਪ੍ਰੋਜੈਕਟ ਹੈਗਾ ਉਹਦੇ ਖਿਲਾਫ ਕਿਸਾਨ ਜਿਹੜੇ ਹੈਗੇ ਆ ਉਹ ਕੰਪਨੀ ਦੇ ਖਿਲਾਫ ਬੈਠੇ ਆ 85 ਦਿਨ ਤੋਂ ਧਰਨਾ ਚੱਲ ਰਿਹਾ ਹੈ ਕਿਸਾਨ ਮੰਗ ਕਰਦੇ ਆ ਕਿ ਜਿਹੜੀ ਐਕਵਾਇਰ ਕੀਤੀ ਸਾਡੀ ਜ਼ਮੀਨ ਹੈ ਉਹਦਾ ਵਾਜਬ ਮੁਆਵਜ਼ਾ ਦਿੱਤਾ ਜਾਵੇ ਮੰਗਲਵਾਰ ਪਿਛਲੇ ਜਿਹੜਾ ਨਿਕਲਿਆ ਹੁਣ ਮੰਗਲਵਾਰ ਉਸ ਦਿਨ ਕਿਸਾਨਾਂ ਨੇ ਕੰਪਨੀ ਦੇ ਗੇਟ ਨੂੰ ਵੀ ਤਾਲਾ ਤੂਲਾ ਲਾਤਾ ਸੀਗਾ ਤੇ ਚਾਹੀਦਾ ਤਾਂ ਸੀਗਾ ਕਿ ਪ੍ਰਸ਼ਾਸਨ ਜਾਂ ਸਰਕਾਰ ਜਿਹੜੀ ਹੈਗੀ ਵਿੱਚ ਬੈਠ ਕੇ ਗੱਲ ਸੁਣੇ ਕਿਸਾਨਾਂ ਦੀ ਉਹਨਾਂ ਨਾਲ ਕਿਸਾਨਾਂ ਨਾਲ ਗੱਲ ਰਾਬਤਾ ਕਾਇਮ ਕਰਕੇ ਉਹਨਾਂ ਨਾਲ ਉਹਨਾਂ ਦੀਆਂ ਮੁਸ਼ਕਲਾਂ ਸੋਲਵ ਕੀਤੀਆਂ ਜਾਂਦੀਆਂ ਪੂਰੀ ਜ਼ਿੰਦਗੀ ਦੀ ਜਿਹੜੀ ਕਹਿ ਲਓ ਉਹਨਾਂ ਦੀ ਰੋਜ਼ੀ ਰੋਟੀ ਦਾ ਸਾਧਨ ਹੈ ਤੁਸੀਂ ਉਹਨਾਂ ਤੋਂ ਲੈ ਰਹੇ ਹੋ ਖੋ ਰਹੇ ਹੋ ਤਾਂ ਉਹਨਾਂ ਨੂੰ ਵਾਜਬ ਮੁਆਵਜ਼ਾ ਨੌਕਰੀਆਂ ਜਾਂ ਜੋ ਵੀ ਭੱਤਾ ਕੁਛ ਦੇਣਾ ਬਣਦਾ ਹੈਗਾ ਉਹ ਦਿੰਦੇ ਜਾਂ ਜਦੋਂ ਪ੍ਰੋਜੈਕਟ ਤੁਸੀਂ ਪਾਸ ਕਰਦੇ ਹੋ ਤਾਂ ਉੱਥੋਂ ਦੇ ਏਰੀਏ ਦੇ ਕਿਸਾਨਾਂ ਨਾਲ ਜਿਹਨਾਂ ਦੀ ਜ਼ਮੀਨ ਐਕੁਆਇਰ ਕਰਨੀ ਹੈ ਜਾਂ ਜਿਹਨਾਂ ਦੇ ਲੋਕਾਂ ਦੇ ਘਰ ਜਾਂ ਹੋਰ ਥਾਂ ਜਿਹੜੀ ਕਹਿ ਸਕਦੇ ਆਪਾਂ ਕਿਸੇ ਯੂਜ਼ ਵਾਸਤੇ ਰੱਖੀ ਹੋਵੇ ਬੰਦੇ ਨੇ ਉਹ ਜਦੋਂ ਵਿੱਚ ਆ ਰਹੀ ਹੈ ਤਾਂ ਉਸ ਇਲਾਕੇ ਦੀ ਇਕੱਠ ਸੱਦ ਕੇ ਉੱਥੋਂ ਦੇ ਲੋਕਾਂ ਦੀਆਂ ਮੁਸ਼ਕਲਾਂ ਜਾਂ ਉੱਥੋਂ ਦੇ ਲੋਕਾਂ ਦੇ ਮੁਆਵਜ਼ੇ ਸੰਬੰਧੀ ਮੰਗਾਂ ਉਹ ਸੁਣਨੀਆਂ ਚਾਹੀਦੀਆਂ ਨੇ ਕਿ ਫਲਾਣਾ ਪ੍ਰੋਜੈਕਟ ਹੈ ਇਸ ਤਹਿਤ ਆਹ ਕੁਛ ਹੋਣਾ ਇੰਨੇ 1000 ਕਰੋੜ ਦਾ ਜਾਂ ਇੰਨੇ ਪੈਸੇ ਦਾ ਪ੍ਰੋਜੈਕਟ ਹੈ ਇੰਨੇ ਰੁਪਏ ਲੱਗਣੇ ਨੇ ਇਹਦੇ ਨਾਲ ਇਲਾਕੇ ਨੂੰ ਇਹ ਫਾਇਦਾ ਹੋਣਾ ਹੈ ਤੇ ਤੁਹਾਡੀਆਂ ਜ਼ਮੀਨਾਂ ਦੀ ਮੰਗ ਤੁਸੀਂ ਕੀ ਕਰਦੇ ਹੋ ਉਹਦੇ ਵਿੱਚ ਦੋਵਾਂ ਦੀ ਰਾਏ ਲੈ ਕੇ ਇਹ ਗੱਲ ਕਰ ਲੈਣੀ ਚਾਹੀਦੀ ਹੈ ਇਹਦਾ ਫੈਸਲਾ ਲੈਂਦੇ ਨੇ ਕਾਰਪੋਰੇਟਾਂ ਤੋਂ ਸਰਕਾਰ ਜਾਂ ਪਾਰਟੀਆਂ ਕਹਿ ਲਓ ਫੰਡ ਲੈਂਦੀਆਂ ਮੋਟਾ ਤੇ ਜਿੱਥੇ ਕਾਰਪੋਰੇਟ ਕਹਿੰਦੇ ਨੇ ਉੱਥੇ ਫੱਟ ਦੇਣੀ ਜ਼ਮੀਨ ਐਕੁਆਇਰ ਕਰਕੇ ਡੰਡੇ ਦੇ ਜ਼ੋਰ ਨਾਲ ਠੀਕ ਹੈ ਉੱਥੇ ਪ੍ਰੋਜੈਕਟ ਨੂੰ ਥਾਂ ਦੇ ਦਿੰਦੇ ਨੇ ਉਹ ਜਿਹੜੇ ਜਿਹਨਾਂ ਦੀ ਜ਼ਮੀਨ ਹੁੰਦੀ ਹੈ ਥਾਂ ਹੁੰਦੀ ਹੈ ਕਿਸੇ ਦਾ ਘਰ ਹੈ ਕਿਸੇ ਦੇ ਖੇਤ ਨੇ ਕਿਸੇ ਦਾ ਕੋਈ ਏਦਾਂ ਰੁਜ਼ਗਾਰ ਦਾ ਸਾਧਨ ਬਣਿਆ ਹੋਇਆ ਕੋਈ ਦੁਕਾਨ ਹੈ ਜਾਂ ਕੋਈ ਖੋਖਾ ਕੁਛ ਹੈ ਤੇ ਉਹਨਾਂ ਨੂੰ ਚੁਕਾਉਣ ਨੂੰ ਮਿੰਟ ਲਾਉਂਦੇ ਨੇ ਇਹ ਡੰਡੇ ਦੇ ਜ਼ੋਰ ਨਾਲ ਹੁਣ ਜੇ ਕਿਸਾਨ ਮੰਗ ਕਰਦੇ ਨੇ ਤਾਂ ਜ਼ਰੂਰੀ ਤਾਂ ਇਹੀ ਸੀ ਨਾ ਕਿ ਮੰਗ ਨੂੰ
ਜਿਹੜਾ ਹੈਗਾ ਦੋਨੋਂ ਪਾਸੇ ਦੀ ਸੁਣ ਕੇ ਵਿੱਚ ਵਿਚਾਲੇ ਗੱਲ ਨਿਬੇੜ ਲਈ ਜਾਂਦੀ ਹੈ ਤਾਂ ਮੁਆਵਜ਼ਾ ਵੀ ਥੋਪਦੇ ਆ ਕਿ ਅਸੀਂ ਤਾਂ ਇੰਨਾ ਕੀ ਦੇਣਾ, ਤੁਸੀਂ ਜਾਓ ਜਿੱਥੇ ਜਾਣਾ, ਤੁਸੀਂ ਬੈਠੋ, ਤੁਹਾਡੇ ਡੰਡੇ ਮਾਰਾਂਗੇ ਅਸੀਂ। ਹੁਣ ਘਰਾਂ ਦੇ ਵਿੱਚ ਵੜ ਕੇ ਜਿਹੜਾ ਕੁੱਟਿਆ ਗਿਆ ਹੈ ਉਹ ਤੋਂ ਬਾਅਦ ਚਾਹੇ ਹੁਣ ਰੋਸ ਵਿੱਚ ਆਏ ਨੇ ਕਿਸਾਨ, ਉਹਨਾਂ ਨੇ ਪ੍ਰਦਰਸ਼ਨ ਵੀ ਕੀਤਾ, ਗੱਡੀਆਂ ਵੀ ਫੂਕਦੀਆਂ ਪੁਲਿਸ ਦੀਆਂ, ਕੋਈ ਕਹਿੰਦੇ ਰੋੜੇ ਵੀ ਮਾਰੇ ਸਾਡੇ, ਹੁਣ ਹੁਣ ਤੁਹਾਨੂੰ ਰੋੜੇ ਵੀ ਦਿਖਣ ਲੱਗੇ, ਮਾਰੇਗਾ ਹੀ ਅਗਲਾ ਜਦੋਂ ਤੁਸੀਂ ਜਾ ਕੇ ਘਰਾਂ ਦੇ ਵਿੱਚ ਬੈਠ। ਕਾਨੂੰਨ ਲਾ ਐਂਡ ਆਰਡਰ ਦੀ ਸਥਿਤੀ ਕਿੱਥੇ ਆ ਹੁਣ? ਹੁਣ ਕਾਨੂੰਨ ਕੀ ਕਹਿੰਦਾ? ਕਿਸੇ ਦੇ ਘਰ ਵੜ ਕੇ ਪਰਚੇ ਦਰਜ ਹੋਣੇ ਚਾਹੀਦੇ ਨੇ ਪੁਲਿਸ ਮੁਲਾਜ਼ਮਾਂ ਦੇ ਉੱਤੇ, ਜਿਹੜੀਆਂ ਧਾਰਾਵਾਂ ਤਹਿਤ ਕਿਸੇ ਦੇ ਘਰੇ ਵੜ ਕੇ ਤੁਸੀਂ ਮਾਰ ਰਹੇ ਹੋ ਬੰਦੇ ਨੂੰ, ਜਾਨੋ ਮਾਰਨ ਤੱਕ ਗਏ ਆ, ਤਾਂ ਤੁਸੀਂ ਜਾਨ ਤੋਂ ਮਾਰਨ ਦਾ ਹੀ ਅਗਲੇ ਰਾਤ ਨੂੰ ਘਰੇ ਵੜ ਕੇ ਤੁਸੀਂ ਜਦੋਂ ਮਾਰ ਕੁੱਟ ਕਰ ਰਹੇ ਹੋ ਉਹਨਾਂ ਦੀਆਂ ਧੀਆਂ ਭੈਣਾਂ ਪਤਨੀਆਂ ਮਾਵਾਂ ਨਾਲ ਬਦਸਲੂਕੀਆਂ ਕਰ ਰਹੇ ਹੋ, ਤੇ ਫਿਰ ਹੋਰ ਕੀ ਪਿੱਛੇ ਰਹਿ ਜਾਂਦਾ? ਚਾਹੀਦਾ ਤਾਂ ਇਹ ਸੀ ਕਿ ਉਹਨਾਂ ਪੁਲਿਸ ਮੁਲਾਜ਼ਮਾਂ ਦੀ ਪਛਾਣ ਕਰਕੇ, ਹਾਲਾਂਕਿ ਵੀਡੀਓ ਵੀ ਬਣੀ ਹੈ, ਵੀਡੀਓ ਵੀ ਵਾਇਰਲ ਵੀ ਹੋਈਆਂ ਨੇ, ਉਹਨਾਂ ਦੇ ਉੱਤੇ ਪਰਚੇ ਦੇਣੇ ਚਾਹੀਦੇ ਸੀ। ਲੇਕਿਨ ਸਰਕਾਰਾਂ ਨੇ, ਮੰਤਰੀ ਸੰਤਰੀ ਨੇ ਕਹਿ ਦਿੰਦੇ ਨੇ ਕਿ ਕੁੱਟ ਦਿਓ, ਕਾਰਪੋਰੇਟਾਂ ਦੇ ਹੱਥ ਠੋਕੇ ਬਣੇ ਹੋਏ ਨੇ ਇਹ, ਕਠਪੁਤਲੀਆਂ ਬਣੀਆਂ ਹੋਈਆਂ ਨੇ ਇਹ, ਤੇ ਆਮ ਲੋਕਾਂ ਦੀ ਕਿੱਥੇ ਸੁਣਵਾਈ ਕਿੱਥੇ ਹੈ, ਕਿੱਥੇ ਦੱਸੋ? ਤੋ ਆਹ ਚੀਜ਼ਾਂ ਜਿਹੜੀਆਂ ਹੈਗੀਆਂ ਕਾਨੂੰਨ ਨੂੰ ਵੀ ਕਿਤੇ ਨਾ ਕਿਤੇ ਸਵਾਲਾਂ ਦੇ ਘੇਰੇ ਚ ਲਿਆਉਂਦੀਆਂ ਨੇ, ਨਿਆਂ ਲੈਣ ਵਾਸਤੇ ਲੋਕ ਫਿਰ ਦਰ ਦਰ ਭਟਕਦੇ ਫਿਰੀ ਜਾਂਦੇ ਆ। ਜੀ ਜੀ, ਤੁਸੀਂ ਕਿਹਾ ਪਰਮਿੰਦਰ ਜੀ ਨੇ ਕਿ ਇਨਸਾਫ਼ ਲੈਣ ਦੇ ਲਈ ਲੋਕ ਦਰ ਦਰ ਭਟਕਦੇ। ਸੈਸ਼ਨ ਕੋਰਟ ਵੱਲੋਂ 5 ਸਾਲ ਦਾ ਸਮਾਂ, ਕਹਿੰਦੇ ਕਿ 5 ਸਾਲ ਦਾ ਸਾਨੂੰ ਸਮਾਂ ਲੱਗ ਜੂਗਾ, ਲਖੀਮਪੁਰ ਕਿਸਾਨੀ ਅੰਦੋਲਨ ਦੌਰਾਨ ਜਿਹੜੀ ਘਟਨਾ ਵਾਪਰੀ ਸੀ, ਕਿਸਾਨਾਂ ਨੂੰ ਗੱਡੀਆਂ ਦੇ ਹੇਠਾਂ ਦਰੜ ਕੇ ਮਾਰਤਾ ਸੀ। ਗ੍ਰਹਿ ਮੰਤਰੀ ਇਨਵੋਲਵ ਸੀ ਉਹਦੇ ਚ, ਤੇ ਉਹਦਾ ਬੇਟਾ ਵੀ ਇਨਵੋਲਵ ਸੀ, ਤੇ ਬੀਜੇਪੀ ਦੇ ਹੋਰ ਕਾਰਜਕਰਤਾ ਵੀ ਸੀ ਉਹਦੇ। ਦੇਖੋ, ਜਿੱਥੇ ਸਰਕਾਰ ਦੇ ਵਿੱਚ ਬੰਦਾ ਬੈਠਾ ਔਰ ਅਸਰ ਰਸੂਖ ਵਾਲਾ ਹੈ, ਕੋਈ ਆਮ ਲੀਡਰ ਨਹੀਂ ਕਹਾਉਂਦਾ, ਫਿਰ ਉਹ ਬੰਦਾ ਜਦੋਂ ਉਹਦਾ ਮੁੰਡਾ ਕਹਿ ਲਓ ਗੱਡੀਆਂ ਦੇ ਨਾਲ ਇੱਦਾਂ ਦਰੜੇ ਬੰਦਿਆਂ ਨੂੰ, ਕਿਸਾਨਾਂ ਦੇ ਉੱਤੇ ਗੱਡੀਆਂ ਚੜਾਵੇ, ਉਹਨਾਂ ਨੂੰ ਜਾਨਵਰਾਂ ਤੋਂ ਵੀ ਪਰੇ ਸਮਝਿਆ ਜਾਵੇ, ਖੂੰਖਾਰ ਜਾਨਵਰ ਜਿਹੜਾ ਜਾਨ ਦਾ ਖੋ ਬਣ ਜੇ, ਜਿਸ ਤੋਂ ਉਹਨੂੰ ਕਿਤੇ ਮਾਰਨਾ ਪੈ ਜਾਂਦਾ, ਮਾਰ ਵੀ ਦਿੰਦਾ ਬੰਦਾ, ਕਿ ਉਹ ਜਾਨ ਤੇ ਬਣੀ ਹੈ, ਇਹਨੂੰ ਇਨਸਾਨੀ ਜਾਨ ਨੂੰ ਸਭ ਤੋਂ ਕੀਮਤੀ ਸਮਝਿਆ ਜਾਂਦਾ, ਉਹ ਖੂੰਖਾਰ ਜਾਨਵਰਾਂ ਤੋਂ ਵੀ ਪਰੇ ਸਮਝ ਰਹੇ ਆ ਇਹਨਾਂ ਨੂੰ, ਜਦਕਿ ਹਾਲਾਂਕਿ ਉਹ ਆਪ ਕੁਛ ਨਹੀਂ ਹੈ, ਲੇਕਿਨ ਬਾਪ ਦੀ ਪਾਵਰ ਇਹ ਦੱਸ ਰਹੀ ਹੈ ਕਿ ਪਿਤਾ ਦੀ ਪਾਵਰ ਕਿਵੇਂ ਵਰਤ ਰਿਹਾ ਮੁੰਡਾ ਉਹ। ਉਹਦੇ ਕੋਲ ਗੱਡੀਆਂ, ਸਿਕਿਉਰਿਟੀ ਜਾਂ ਬੋਡੀ ਗਾਰਡ ਜਾਂ ਇੰਨੇ ਬੰਦੇ ਲੈ ਕੇ ਉਹ ਕਿਵੇਂ ਜਾ ਕੇ ਚੜ੍ਹਾਈ ਕਰ ਰਿਹਾ ਕਿਸਾਨਾਂ ਦੇ ਉੱਤੇ? ਹੋਣਾ ਤਾਂ ਇਹ ਚਾਹੀਦਾ ਸੀ ਕਿ ਫਾਸਟ ਟਰੈਕ ਪਾ ਕੇ ਕੋਰਟ ਇਹਦੇ 'ਚ ਇਹੋ ਜਿਹੇ ਕੇਸ ਨੂੰ ਫਾਸਟ ਟਰੈਕ ਦੇ ਵਿੱਚ ਲੈ ਕੇ ਦਿਨਾਂ ਦੇ ਵਿੱਚ ਹੀ ਨਿਪਟਾਰਾ ਕਰਨਾ ਚਾਹੀਦਾ ਸੀ। ਜਦਕਿ 208 ਦੇ ਕਰੀਬ ਮੇਰੇ ਖਿਆਲ ਵਿੱਚ ਗਵਾਹ ਨੇ ਗੁਰਜਿੰਦਰ ਜੀ, ਤੇ ਫੋਰੈਂਸਿਕ ਦੀਆਂ ਵੀ 18 ਦੇ ਕਰੀਬ ਰਿਪੋਰਟਾਂ ਨੇ, ਜਿਹਨਾਂ ਦੇ ਵਿੱਚ ਜ਼ਾਹਰ ਹੁੰਦਾ ਹੈ ਕਿ ਬੰਦਾ ਅਪਰਾਧੀ ਹੈ। ਵੀਡੀਓ ਵਾਇਰਲ ਹੋਈਆਂ ਨੇ, ਉਹਦੀਆਂ ਫੋਟੋਆਂ ਵਾਇਰਲ ਹੋਈਆਂ ਨੇ, ਸਾਰਾ ਕੁਛ ਪ੍ਰੂਫ ਸਬੂਤ ਦੇ ਤੌਰ ਤੇ ਪਿਆ। ਇਨਸਾਫ਼ ਤਾਂ ਹੁਣ ਕੋਰਟ ਨੇ ਦੇਣਾ। ਸੁਪਰੀਮ ਕੋਰਟ ਨੇ ਕਿਹਾ ਸੀ ਕਿ ਸੈਸ਼ਨ ਕੋਰਟ ਨੂੰ ਪੁੱਛਿਆ ਸੀਗਾ ਪਿਛਲੇ ਦਿਨੇ ਵੀ ਇੱਦਾਂ ਦੇ ਜਿਹੜੇ ਤਰਜੀਹੀ ਕੇਸ ਨੇ ਜਾਂ ਲਖੀਮਪੁਰ ਦਾ ਜਿਹੜਾ ਇੱਦਾਂ ਦਾ ਕੇਸ ਹੈਗਾ, ਇਹਨੂੰ ਕਿੰਨੇ ਸਾਲ ਲੱਗਣੇ ਆ, ਕਿੰਨਾ ਸਮਾਂ ਲੱਗੂਗਾ ਤਾਂ ਕਿ ਸਮਾਂ ਵੱਧ ਸੂਚੀ ਜਿਹੜੀ ਹੈਗੀ ਕੇਸਾਂ ਦੀ ਤਿਆਰ ਕਰੀ ਜਾਵੇ। ਉੱਥੋਂ ਪਤਾ ਲੱਗਦਾ ਕਿ 5 ਸਧਾਰਨ ਟਾਈਪ ਨਾਲ ਕੇਸ ਚੱਲ ਰਿਹਾ ਹੈ ਇਹ, ਤੇ ਇਸਨੂੰ 5 ਸਾਲ ਦੇ ਕਰੀਬ ਤਾਂ ਲੱਗੇ ਜਾਣਾ ਸੈਸ਼ਨ ਕੋਰਟ ਵੱਲੋਂ ਇੱਦਾਂ ਜਵਾਬ ਜਿਹੜਾ ਆਇਆ ਸੁਪਰੀਮ ਕੋਰਟ ਨੂੰ। ਤੋ ਹੁਣ ਇੱਦਾਂ ਦੀ ਸੁਣਵਾਈ ਫਿਰ 5 ਸਾਲ ਦੇ ਵਿੱਚ ਕਿਹੜੇ ਗਵਾਹ ਰਹਿਣੇ ਨੇ, ਕਿਹੜੀਆਂ ਰਿਪੋਰਟਾਂ ਰਹਿ ਜਾਣੀਆਂ ਨੇ? ਉਹ ਬਰੀ ਹੋ ਕੇ ਵਾਪਸ ਆ ਜਾਣਾ ਬੰਦਾ, ਜਿਹੜੇ ਜਿਹਨਾਂ ਦੇ ਮਰੇ ਨੇ ਉਹ ਤਾਂ ਵਾਪਸ ਆਉਣੇ ਨਹੀਂ, ਜਾਂ ਜਿਹਨਾਂ ਦੀਆਂ ਲੱਤਾਂ ਬਾਹਾਂ ਟੁੱਟੀਆਂ ਨੇ ਉਹਨਾਂ ਦੀਆਂ ਨਹੀਂ ਠੀਕ ਹੋਣੀਆਂ, ਤੇ ਇਹਨਾਂ ਨੇ ਕੁਛ ਖਰੀਦੇ ਜਾਣੇ, ਕੁਛ ਨੂੰ ਮਾਰ ਦੇਣਾ, ਕੁਛ ਮਰ ਜਾਣੇ, ਕੋਈ ਕੁਛ ਹੋ ਗਿਆ, ਕੋਈ ਡਰਾ ਲਿਆ, ਕੋਈ ਧਮਕਾ ਲਿਆ, ਕੁਛ ਇੱਦਾਂ ਪਤਾ ਨਹੀਂ ਕੀ ਕੀ ਕੁਛ ਹੋਣਾ ਉਹ। ਮਤਲਬ 5 ਸਾਲ ਬਹੁਤ ਸਮਾਂ ਹੈਗਾ ਜਿਹੜਾ ਕੇਸ ਨੂੰ ਕਿਸੇ ਉਹਦਾ ਮਤਲਬ ਉਹਦਾ ਫੈਸਲਾ ਬਦਲਣ ਦੇ ਲਈ 5 ਸਾਲ ਦਾ ਸਮਾਂ ਬਹੁਤ ਹੈ। ਇੱਦਾਂ ਕਿਸਾਨਾਂ ਨੂੰ ਦੱਬਿਆ ਜਾ ਰਿਹਾ, ਕੁੱਟਿਆ ਜਾ ਰਿਹਾ, ਘੜੀਸਿਆ ਜਾ ਰਿਹਾ, ਦਰੜਿਆ ਜਾ ਰਿਹਾ ਕਾਰਪੋਰੇਟਾਂ ਦੇ ਇਸ਼ਾਰਿਆਂ ਤੇ, ਪੋਲੀਟੀਕਲ ਬੰਦੇ ਬੈਠੇ ਦੇਖ ਰਹੇ ਨੇ, ਕੋਈ ਪੋਲੀਟੀਕਲ ਪਾਰਟੀ ਨਹੀਂ ਖੜਦੀ। ਵੋਟਾਂ ਨੂੰ ਸਭ ਵੋਟਾਂ ਦੇ ਉੱਤੇ ਜਦੋਂ ਚੋਣਾਂ ਆਉਂਦੀਆਂ ਨੇ ਉਦੋਂ ਮੁੱਦੇ ਖੜੇ ਹੋ ਜਾਂਦੇ, ਲਖੀਮਪੁਰ ਵਾਲਾ ਵੀ ਮੁੱਦਾ ਖੜਾ ਹੋਊਗਾ ਜੀ, ਠੀਕ ਹੈ, ਪੰਜਾਬ ਦੇ ਵਿੱਚ ਵੀ ਮੁੱਦੇ ਖੜੇ ਹੁੰਦੇ ਨੇ, ਹੋਰਨਾਂ ਸਟੇਟਾਂ 'ਚ ਵੀ। ਇਹ ਜਾਣੀ ਕਿ ਇਹਨਾਂ ਲੋਕਾਂ ਵਾਸਤੇ, ਪੋਲੀਟੀਸ਼ੀਨਾਂ ਵਾਸਤੇ ਇਹ ਤਾਂ ਚੋਣਾਂ ਲੜਨ ਦੇ ਮੁੱਦੇ ਹੋ ਜਾਂਦੇ ਨੇ, ਇਹਨਾਂ ਨੂੰ ਇਹ ਛੇਤੀ ਛੇਤੀ ਸੋਲਵ ਵੀ ਨਹੀਂ ਕਰਾਉਣਾ ਚਾਹੁੰਦੇ। ਜਿਹੜੇ ਜਿਹਦੇ ਤੇ ਕੇਸ ਪਿਆ ਹੁੰਦਾ, ਜਿਹੜਾ ਮੰਤਰੀ ਸੰਤਰੀ ਜਾਂ MLA ਕੋਈ
ਜਾਂ ਹੋਰ ਕੋਈ ਪੋਲੀਟੀਸ਼ੀਅਨ ਇਨਵੋਲਵ ਹੁੰਦਾ ਉਹ ਤਾਂ ਚਾਹੁੰਦਾ ਹੀ ਨਹੀਂ ਕਿ ਛੇਤੀ ਫੈਸਲਾ ਆਵੇ, ਉਹ ਤਾਂ ਮਰ ਮੁੱਕ ਜਾਂਦੇ ਨੇ. ਹੁਣ ਪੰਜਾਬ ਵਿੱਚ ਵੀ ਤਾਂ ਦੇਖੋ ਪਿਛਲੇ ਪਿਛਲੇ ਸਾਲ ਦੀ ਗੱਲ ਹੈ, ਹਾਂ ਜਦੋਂ ਆਹ ਪੁਲਿਸ ਵਾਲੇ ਫੜੇ ਸੀਗੇ ਫੇਕ ਐਨਕਾਊਂਟਰ ਦੇ ਵਿੱਚ, ਉਹਨਾਂ ਚੋਂ ਮੌਤ ਵੀ ਹੋ ਚੁੱਕੀ ਹੈ ਦੋਵਾਂ ਦੀ, ਤਾਂ ਤੇ ਉਹਨਾਂ ਨੂੰ ਕੀ ਸਜ਼ਾ ਦਓਗੇ ਤੁਸੀਂ? ਉਹ ਤਾਂ ਕੰਮ ਕਰਕੇ ਆਪਣਾ ਲੰਘ ਗਏ ਦੁਨੀਆਂ ਤੋਂ ਵੀ ਕੂਚ ਕਰਕੇ, ਤੇ ਕੁਛ ਆਖਰੀ ਪੜਾਵਾਂ ਤੇ ਨੇ, ਉਹਨਾਂ ਦੇ ਲਈ ਕੀ ਸਜ਼ਾ? ਉਹ ਤਾਂ ਘਰੇ ਵੀ ਬੈਠੇ ਨੇ, ਤੁਰਿਆ ਫਿਰਿਆ ਜਾਂਦਾ ਨੀ ਉਹਨਾਂ ਤੋਂ, ਉੱਥੇ ਬੈਠ ਜਾਣਗੇ ਜਾ ਕੇ. ਤੂੰ ਕਹਿਣ ਦਾ ਭਾਵ ਸਾਰੀ ਉਮਰ ਸਹੂਲਤਾਂ ਲੈ ਲਈਆਂ ਉਹਨਾਂ ਨੇ, ਜਾਂ ਤਾਂ ਉਹਨਾਂ ਦੀਆਂ ਪ੍ਰੋਪਰਟੀਆਂ ਜ਼ਬਤ ਕਰੀਆਂ ਜਾਂਦੀਆਂ, ਉਹਨਾਂ ਦੀਆਂ ਪੈਨਸ਼ਨਾਂ ਉਹਨਾਂ ਦੀਆਂ ਜਾਂ ਹੋਰ ਤਨਖਾਹ ਜੋ ਵੀ ਨੇ ਉਹਨਾਂ ਦੇ ਸਣੇ ਜੁਰਮਾਨੇ ਵਾਪਸ ਕਰੇ ਜਾਂਦੇ ਜਾਂ ਉਹਨੂੰ ਪੀੜਿਤ ਪਰਿਵਾਰ ਨੂੰ ਦੇ ਜਾਂਦੇ. ਤੋ ਇਸ ਤਰ੍ਹਾਂ ਦੇ ਫੈਸਲੇ ਨੇ ਜਿਹੜੇ ਉਹ ਕਿਤੇ ਨਾ ਕਿਤੇ ਆਮ ਆਦਮੀ ਦੀ ਸੁਰੱਖਿਆ ਜਾਂ ਉਹਨਾਂ ਦੀ ਆਪਾਂ ਕਹਿ ਲਓ ਜ਼ਿੰਦਗੀ ਦੇ ਨਾਲ ਖਿਲਵਾੜ ਕਰਨ ਵਾਸਤੇ ਵੀ ਸਵਾਲਾਂ ਦੇ ਘੇਰੇ ਚ ਆ ਜਾਂਦੇ ਨੇ ਕਿ ਲੋਕ ਦਰ ਦਰ ਦੀਆਂ ਠੋਕਰਾਂ ਖਾਂਦੇ ਨੇ, ਇਨਸਾਫ਼ ਨੀ ਮਿਲਦਾ ਉਹਨਾਂ ਨੂੰ. ਜੀ ਜੀ ਰਵਿੰਦਰ ਜੀ, ਅਗਲੀ ਖ਼ਬਰ ਹੈਗੀ ਕਿ ਐਫਸੀਆਈ ਵੱਲੋਂ ਲੈ ਕੇ ਫੂਡ ਕਾਰਪੋਰੇਸ਼ਨ ਜਿਹੜੀ ਸਾਡੀ ਹੈਗੀ ਹੈ ਸ਼ੱਕ ਦੇ ਘੇਰੇ ਦੇ ਵਿੱਚ ਹੈ. ਸੀਬੀਆਈ ਨੇ ਮੀਡੀਆ ਦੇ ਮੁਤਾਬਕ ਤਾਂ 50 ਥਾਵਾਂ ਦੇ ਉੱਤੇ, ਪਰ ਕਹਿੰਦੇ ਕਿ 50 ਤੋਂ ਵੱਧ ਥਾਵਾਂ ਦੇ ਉੱਤੇ ਛਾਪੇਮਾਰੀ ਕੀਤੀ ਗਈ. ਦੇਖੋ ਮੈਂ ਤਾਂ ਇਹ ਗੱਲ ਕਰਨੀ ਚਾਹੁੰਦਾ, ਅਜੋਕੇ ਸਮੇਂ ਦੀ ਗੱਲ ਕਰਦੇ ਹੁੰਦੇ ਆਪਾਂ ਕਿ ਜਿੱਥੇ ਭ੍ਰਿਸ਼ਟਾਚਾਰ ਹੋ ਰਿਹਾ, ਜਾਂਚ ਏਜੰਸੀਆਂ ਚਾਹੇ ਸੀਬੀਆਈ ਹੈ ਚਾਹੇ ਵਿਜੀਲੈਂਸ ਹੈ, ਇਮਾਨਦਾਰੀ ਨਾਲ ਕੰਮ ਕਰਨਾ ਚਾਹੀਦਾ ਹੈ. ਹਜ਼ਾਰਾਂ ਦੇ ਕਰੀਬ ਥੈਲੇ ਖੁਰਦ ਬੁਰਦ ਕਰਕੇ ਇੱਕ ਬੰਦਾ ਬਾਹਰ ਭੱਜ ਜਾਂਦਾ ਹੈ, ਕਹਿੰਦੇ ਜੀ MLA ਦਾ ਕੋਈ ਭਾਣਜਾ ਜੀ ਫਲਾਣਾ ਜੀ, ਉਹ ਬਚ ਕਿਵੇਂ ਜਾਂਦੇ ਨੇ? ਉਹਨਾਂ ਤੇ ਕਾਰਵਾਈ ਕੌਣ ਕਰੂਗਾ? ਰੇਡ ਕਰਨ ਨਾਲ ਕਿਹੜਾ ਕਾਰਵਾਈ ਹੋ ਜਾਂਦੀ ਹੈ? ਰੇਡ ਕਰਕੇ ਇੱਕ ਲਿਆ ਕੇ ਮੁੱਦਾ ਖੜਾ ਕਰ ਦਿਆ ਜਾਂਦਾ ਹੈ, ਉਹ ਅਖਬਾਰਾਂ ਦੇ ਵਿੱਚ ਮੀਡੀਆ ਦੇ ਵਿੱਚ ਪਬਲਿਸ਼ ਹੋਈ ਜਾਂਦਾ ਹੈ, ਉਹ ਬਿਆਨਬਾਜ਼ੀ ਹੋਣ ਲੱਗ ਜਾਂਦੀ ਹੈ, ਮੰਤਰੀ ਸੰਤਰੀ ਜਿਹੜੇ ਨੇ ਜਾਂ ਵਿਰੋਧੀ ਧਿਰਾਂ ਨੇ ਉਹ ਬਿਆਨਬਾਜ਼ੀ ਕਰੀ ਜਾਂਦੇ ਹੈ, ਸਰਕਾਰ ਨੂੰ ਘੇਰ ਲਿਆ ਜੀ, ਸਰਕਾਰ ਅਸਤੀਫਾ ਦੇਵੇ ਜੀ, ਫਲਾਣਾ ਅਸਤੀਫਾ ਦੇਵੇ ਜੀ, ਤੇ ਉਹ ਉਹਨਾਂ ਗੱਲਾਂ ਤੋਂ ਬਿਨਾਂ ਹੋਰ ਕੀ ਤੱਥ ਨਿਕਲਦੇ ਨੇ ਉਹ ਦੱਸਣੇ ਚਾਹੀਦੇ ਨੇ, ਜ਼ਰੂਰ ਦੱਸਣੇ ਚਾਹੀਦੇ ਨੇ. ਆਮ ਬੰਦੇ ਨੂੰ ਇੱਕ ਕੋਈ ਛੋਟਾ ਪਟਵਾਰੀ ਹੈ ਕਾਨੂੰ ਜੇ ਉਹਦੇ ਰਿਸ਼ਵਤ ਲੈ ਲਈ ਉਹਨੂੰ ਟੰਗ ਦਿਆ ਜਾਂਦਾ ਹੈ, ਤੇ ਹਜ਼ਾਰਾਂ ਕਹਿ ਲਓ ਲੱਖਾਂ ਟਨ ਦੇ ਕਰੀਬ ਜੇ ਹੁਣ ਦੇਸ਼ ਭਰ ਦੇ ਵਿੱਚ ਕਹਿ ਲਓ ਜਾਂ ਪੰਜਾਬ ਭਰ ਦੇ ਵਿੱਚ ਕਹਿ ਲਓ ਜਿੱਥੇ ਰੇਡ ਕਿਤੇ ਹੋਈ ਆ, ਜੇ ਉੱਥੋਂ ਕਣਕ ਕੋਈ ਜਾਂ ਅਨਾਜ ਕੋਈ ਵੀ ਖੁਰਦ ਬੁਰਦ ਹੋਇਆ ਕਿਸੇ ਤਰੀਕੇ ਨਾਲ ਜਾਂ ਬਰਬਾਦ ਕਰਿਆ ਗਿਆ, ਉਹ ਥੋੜਾ ਥੋੜੀ ਹੋਊਗਾ, ਪਰ ਕਦੋਂ ਦਾ ਹੋ ਰਿਹਾ? ਉਹ ਚੀਜ਼ਾਂ ਨੂੰ ਸਾਹਮਣੇ ਲਿਆ ਕੇ ਕਾਰਵਾਈ ਪਰੂਫ ਪੇਸ਼ ਕਰਕੇ ਕੋਰਟ ਦੇ ਵਿੱਚ ਧੱਕਿਆ ਜਾਣਾ ਚਾਹੀਦਾ ਇਹਨਾਂ ਲੋਕਾਂ ਨੂੰ. ਇਹਨਾਂ ਲੋਕਾਂ ਦੀ ਤਾਂ ਜ਼ਮਾਨਤਾਂ ਨਹੀਂ ਹੋਣੀਆਂ ਚਾਹੀਦੀਆਂ, ਕੋਈ ਕਾਨੂੰਨ ਏਦਾਂ ਦੇ ਹੋਣੇ ਚਾਹੀਦੇ ਨੇ ਤੇ ਜਦੋਂ ਤੱਕ ਕੇਸ ਚੱਲਦਾ ਹੈ ਜੇ ਕਿਸੇ ਦੇ ਖਿਲਾਫ਼ ਪਰੂਫ ਨੇ ਤਾਂ ਉਹਨਾਂ ਦੀ ਜ਼ਮਾਨਤਾਂ ਨਹੀਂ ਹੋਣੀਆਂ ਚਾਹੀਦੀਆਂ. ਜਦੋਂ ਤੱਕ ਕੇਸ ਚੱਲ ਰਿਹਾ ਕੇਸ ਦੀ ਬਿਲਕੁਲ ਜਦੋਂ ਬਾਹਰ ਆ ਜਾਂਦੇ ਨੇ ਆਪਣੀ ਪਾਵਰ ਫੇਰ ਵਰਤਦੇ ਨੇ, ਆਪਣੇ ਰਸੂਖ ਵਰਤਦੇ ਨੇ. ਜਿਹੜੇ ਹੱਥ ਮਿਲਾਉਣ ਦੀ ਗੱਲ ਕਰਦੇ ਹੁਣ ਇਹਨਾਂ ਨਾ ਪੋਲੀਟੀਸ਼ੀਅਨ ਕਿ ਫਲਾਣਾ ਹੱਥ ਮਿਲਾ ਕੇ ਖੇਡ ਰਿਹਾ ਜੀ, ਇਹ ਤਾਂ ਹੱਥ ਮਿਲਿਆ ਹੋਇਆ ਜੀ ਪਾਰਟੀਆਂ ਦਾ ਦੋਨਾਂ ਦਾ, ਲੋਕਾਂ ਨੂੰ ਦਿਖਾਉਂਦੇ ਕੁਛ ਹੋਰ ਨੇ ਜਿਵੇਂ ਅਕਾਲੀ ਕਾਂਗਰਸੀਆਂ ਦੀ ਗੱਲ ਚੱਲਦੀ ਹੈ, ਉਹ ਹੱਥ ਇਹੀ ਮਿਲਿਆ ਹੁੰਦਾ ਹੋਰ ਕੀ ਹੁੰਦਾ? ਕਿ ਤੂੰ ਮੈਨੂੰ ਬਚਾਈ ਮੈਂ ਤੈਨੂੰ ਬਚਾਊ, ਤੂੰ ਮੇਰਾ ਘਪਲਾ ਨਾ ਜਾਗਰ ਕਰਨ ਦੇ ਮੈਂ ਤੇਰਾ ਨੀ ਕਰਨ ਦਿੰਦਾ, ਤੂੰ ਜੋ ਮਰਜ਼ੀ ਕਰੀ, ਜਦੋਂ ਸੱਤਾ 'ਚ ਆ ਗਿਆ ਜਦੋਂ ਮੈਂ ਆ ਗਿਆ ਮੈਂ ਜੋ ਮਰਜ਼ੀ ਕਰਾਂ ਤੂੰ ਨਾ ਬੋਲੀ. ਸੋ ਆਹੀ ਹੱਥ ਮਿਲਾਉਣਾ ਹੁੰਦਾ, ਹੋਰ ਇਹਨਾਂ ਨੇ ਕੀ? ਹੋਰ ਤਾਂ ਸਾਰੀਆਂ ਸਾਂਝਾਂ ਆਮ ਲੋਕਾਂ ਵਾਂਗੂ ਹੁੰਦੇ ਨੇ, ਵਿਆਹ ਸ਼ਾਦੀਆਂ ਜੇ ਜਾਂਦੇ ਨੇ, ਦੁੱਖ ਸੁੱਖ ਜੇ ਚਲੇ ਜਾਂਦੇ ਨੇ, ਹੋਰ ਕੀ ਹੁਣ ਹੱਥ ਮਿਲਾਉਣਾ? ਆਪਸ ਵਿੱਚ ਮਿਲਦੇ ਨੇ ਤਾਂ ਹੱਥ ਮਿਲਾ ਲੈਂਦੇ ਨੇ. ਅਸਲੀ ਹੱਥ ਮਿਲਾਉਣ ਦਾ ਮਤਲਬ ਤਾਂ ਇਹੀ ਹੁੰਦਾ ਹੈ ਕਿ ਘਪਲਿਆਂ ਤੋਂ ਜਾਂ ਜਿੱਥੇ ਠੱਗੀਆਂ ਮਾਰੀਆਂ ਨੇ ਜਿੱਦਾਂ ਪੈਸਾ ਗਬਨ ਕਰਿਆ ਹੈ ਪੈਸੇ ਦਾ, ਉਹ ਸਾਰੇ ਲੁਕੋ ਕੇ ਰੱਖੋ, ਪੜਦੇ ਨਾ ਖੋਲਿਓ ਇੱਕ ਦੂਜੇ ਦੇ, ਇਹ ਹੁੰਦੇ ਨੇ ਹੱਥ ਮਿਲਾਉਣਾ. ਤੋਂ ਚਾਹੀਦਾ ਤਾਂ ਇਹ ਹੈ ਕਿ ਹੁਣ ਜੇ CBI ਦੀਆਂ ਰੇਡ ਹੋਈਆਂ ਨੇ ਵੱਡੀਆਂ ਥਾਵਾਂ ਤੇ, ਭ੍ਰਿਸ਼ਟਾਚਾਰ ਦੀਆਂ ਪੋਲਾਂ ਖੁੱਲੇ ਰਹੀਆਂ ਨੇ, ਤੋ ਉਹਨਾਂ ਨੂੰ ਜਿਹੜੇ ਭ੍ਰਿਸ਼ਟਾ ਨੇਤਾ ਨੇ ਚਾਹੇ ਅਫਸਰ ਨੇ ਚਾਹੇ ਛੋਟੇ ਨੇ ਮੁਲਾਜ਼ਮ, ਉਹਨਾਂ ਨੂੰ ਜੇਲ੍ਹ ਦਾ ਰਸਤਾ ਦਿਖਾਉਣਾ ਚਾਹੀਦਾ. ਜੀ ਜੀ ਬਿਲਕੁਲ ਰਵਿੰਦਰ ਜੀ, ਬਹੁਤ ਬਹੁਤ ਸ਼ੁਕਰੀਆ ਖ਼ਬਰ ਦੇ ਵਿਚਾਰ ਚਰਚਾ ਕਰਨ ਦੇ ਲਈ. ਧੰਨਵਾਦ. ਸ਼ੁਕਰੀਆ ਜੀ, ਸ਼ੁਕਰੀਆ. ਮੇਰੇ ਨਾਲ ਜੁੜੇ ਹੋਏ ਸੀ ਸੀਨੀਅਰ ਪੱਤਰਕਾਰ ਪਰਵਿੰਦਰ ਸਿੰਘ ਰਾਏ ਪਰ, ਤੁਸੀਂ ਹਰ ਵਾਰ ਤਰ੍ਹਾਂ ਸਾਨੂੰ ਆਪਣੇ ਫੀਡਬੈਕ ਕਮੈਂਟ ਬਾਕਸ ਵਿੱਚ ਭੇਜੋ ਤੇ ਤੁਸੀਂ ਜੁੜੇ ਰਹੋ ਤੁਹਾਡੇ ਆਪਣੇ ਚੈਨਲ ਲੋਕ ਪੰਜਾਬੀ ਦੇ ਨਾਲ. ਧੰਨਵਾਦ.